ਬਬਲੀ ਸੋ ਗਈ ਸੀ। ਇਹ ਕੰਜਰੀ ਹਾਲੇ ਤੇ 11:15 ਹੋਏ, ਤੈਨੂੰ ਕਿਹੜਾ ਨੀਂਦਰਾ ਇੰਨਾ ਪਿਆ? ਜੀਜਾ ਕਿੱਥੇ ਆ? ਬਾਹਰ ਗਿਆ। ਕੀ ਲੈਣ ਗਿਆ? ਬੀਅਰ ਲੈਣ ਗਿਆ। ਕੁੱਤੀਏ ਤੂੰ ਇੰਨੀ ਗਰਮੀ ਹੋ ਗਈ ਆ, ਇੱਕ ਗੱਲ ਦੱਸ, ਤੈਨੂੰ ਪੀਣ ਵਾਸਤੇ ਰੋਕਦੀ ਕਿਉਂ ਨਹੀਂ ਹੈ? ਡਾਕਟਰ ਨੇ ਕਿਹਾ ਪੱਥਰੀ ਹੈਗੀ ਤੇ ਬੀਅਰ ਪੀਓ। ਐ ਮਾਰਦੀ ਗੱਪਾਂ ਹੈ ਉਹਦੇ ਵਰਗੀ, ਤੂੰ ਵੀ ਪੀਂਦੀ ਹੋਣੀ ਆ ਲਈ ਫਿਰਦੀ ਹੈ ਬੀਅਰ, ਮਾਂ ਵਾਲੀ ਆਪਣੀ ਬੀਅਰ ਹੈ ਪੀਣ ਦੇ ਚੌਂਚ ਲਿਆ ਭੈਣੇ, ਡਾਕਟਰ ਫਾਕਟਰ ਕੁਛ ਨਹੀਂ ਕਹਿੰਦਾ। ਹਾਂ ਲਈ ਫਿਰਦੀ ਆ ਤੂੰ। ਹਾਂ ਮੈਂ ਤੈਨੂੰ ਇਸ ਕਰਕੇ ਫੋਨ ਕੀਤਾ ਸੀ, ਮੈਨੂੰ ਗੱਲ ਦੱਸ, ਇੰਨੀ ਗਰਮੀ ਹੋ ਰਹੀ ਆ, ਤੂੰ ਏਸੀ ਪੂਰੀ ਰਾਤ ਬਾਲਦੀ ਆ? ਪੂਰੀ ਰਾਤ ਚਲਾਏਂਗੀ? ਤੇ ਬਿੱਲ ਕਿੰਨਾ ਆਉਂਦਾ ਤੇਰਾ? 8,000? ਹਾਏ ਭੈਣੇ ਮੇਰਾ, ਨਾ ਨਾ ਮੈਂ ਤਾਂ ਨਾ ਚਲਾਉਣ ਦਿੰਦੀ, ਮੇਰੀ ਤੇ ਪੂਰੀ ਰਾਤ ਇੱਦਾਂ ਕਾਲੀ ਹੋ ਜਾਂਦੀ ਭੈਣੇ, ਮੈਂ ਤਾਂ ਰਿਮੋਟ ਲੈ ਕੇ ਸੋਨੀ ਆ, ਮੇਰਾ ਤਾਂ ਕੰਮ ਹੀ ਪੂਰੀ ਰਾਤ ਤੇ ਪੱਖਾ ਬੰਦ ਕਰੋ, ਏਸੀ ਚਲਾਓ, ਏਸੀ ਚਲਾਓ ਤੇ ਪੱਖਾ ਬੰਦ ਕਰੋ, ਮੇਰਾ ਤਾਂ ਇਹੀ ਕੰਮ ਹੈ। ਕਦੋਂ ਸਵੇਰ ਹੁੰਦੀ ਮੈਨੂੰ ਪਤਾ ਨਹੀਂ ਲੱਗਦਾ। ਨਾ ਨਾ ਭੈਣੇ ਮੈਂ, ਮੇਰੇ ਤੇ ਘਰ ਚ ਕਲੇਸ਼ ਚੱਲਦਾ, ਕੱਲ ਤੱਕ ਤੂੰ ਪੂਰੀ ਰਾਤ ਏਸੀ ਬੰਦ ਕਰ ਦਿੰਦੀ ਹੈ, ਤੂੰ ਤੂੰ ਚਲਾਉਂਦੀ ਨਹੀਂ ਹੈਗੀ ਆ, ਤੂੰ ਬੰਦ ਕਰ ਦਿੰਦੀ ਮਿੰਟ ਮਿੰਟ ਬਾਅਦ, ਤੇ ਕਿ ਬਿੱਲ ਕਿੰਨੇ ਭਰਨਾ ਪੈਣੇ? ਜਿੰਨਾ ਏਸੀ ਚੱਲੇ ਉਹਨਾਂ ਤੇ ਮੇਰਾ ਕਿੰਨੀ ਦਿਲ ਬਾਹਰ ਨੂੰ ਆਉਂਦਾ ਹੈ। ਘਬਰਾਹਟ, ਮੈਨੂੰ ਗਰਮੀ ਤੋਂ ਘਬਰਾਹਟ ਨਹੀਂ ਭੈਣੇ, ਮੈਨੂੰ ਏਸੀ ਚੱਲਦਾ ਤਾਂ